ਪੀਰੋ ਪੇਸ਼ਵਾ ਜੀ ਮਾਸ਼ਾ ਮੰਨਣਾ ਕਿਸ ਤਰ੍ਹਾਂ ਹੈ ਤੇ ਪਹਿਲਾਂ ਕਿਸੇ ਦਾ ਮੁਰੀਦ ਹੁੰਦਾ ਤੇ ਪੇਸ਼ਵਾ ਬਣਦਾ ਕਿਸ ਤਰ੍ਹਾਂ? ਕਿਉਂਕਿ ਸਾਡਾ ਸਿਲਸਿਲਾ ਜਿਹੜਾ ਹੈ ਉਹ ਸ਼ਾਹੀ ਕਾਦਰੀ ਹੈ, ਕਿਉਂ ਜੀ ਸਾਈਂ ਜੀ ਇਹਦੀ ਗੱਲ ਸਾਡਾ ਸਿਲਸਿਲਾ ਜਿਹੜਾ ਹੈ ਉਹ ਸ਼ਾਹੀ ਕਾਦਰੀ ਹੈ। ਸਾਡੀ ਨਿਸਬਤ ਜਿਹੜੀ ਹੈ ਉਹ ਪੀਰ ਸੈਯਦ ਅਮਜਦ ਹੁਸੈਨ ਤੋਂ ਲੈ ਕੇ 900 ਪਾਸ ਤੱਕ ਤੇ 900 ਤੋਂ ਲੈ ਕੇ ਸਰਕਾਰੇ ਗੌਸ ਤੱਕ ਕਿਸ ਤਰ੍ਹਾਂ ਹੈ? ਜਿਹੜੇ ਸਾਡੇ ਬਾਬਾ ਜੀ ਸਰਕਾਰ ਨੇ ਬਾਬਾ ਜੀ ਬਜ਼ੁਰਗ ਅਲੀ ਸ਼ਾਹ ਉਹ ਬਾਬਾ ਹੈਦਰ ਸ਼ਾਹ ਸਰਕਾਰ ਦੇ ਮੁਰੀਦ, ਬਾਬਾ ਹੈਦਰ ਸ਼ਾਹ ਸਰਕਾਰ ਜਿਹੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਲੱਭੀ ਇਹ ਫਕੀਰੀ? ਪੀਰ ਮੁਹੰਮਦ ਸਚਿਆਰ ਕੋਲੋਂ। ਬਾਬਾ ਹੈਦਰ ਸ਼ਾਹ ਸਰਕਾਰ ਫਰਮਾਉਂਦੇ ਨੇ, ਮੈਂ ਹਾਂ ਇੱਕ ਪੁਰਾਣਾ ਤੁਸੀਂ ਜਾਣਦੇ ਹੋ। ਅੱਜ ਵੀ ਪੀਰ ਮੁਹੰਮਦ ਸਚਿਆਰ ਦੀ ਸਾਰੀ ਔਲਾਦ ਜਿਹੜੀ ਹੈ ਉਹ ਪਹਿਲੇ ਉੱਥੇ ਬਾਬਾ ਸ਼ਾਹਪੁਰਾ ਸਰਕਾਰ ਦਾ ਤਵਾਫ ਕਰਦੀ ਹੈ ਤੇ ਫਿਰ ਅੱਗੇ ਆਦਿ ਨੌਸ਼ੋ ਗੜ ਬਖਸ਼ ਕੋਲ ਜਾ ਕੇ ਸਲਾਮੀ ਕਰਦੇ ਨੇ। ਕਿਉਂ ਕਿ ਸਰਕਾਰ ਬਾਬਾ ਜੀ ਸ਼ਾਹਪੁਰਾ ਸਰਕਾਰ ਜਿਹੜੇ ਨੇ ਉਹ ਪੀਰ ਮੁਹੰਮਦ ਸਚਿਆਰ ਦੇ ਰਾਹ ਪਰ, ਪੀਰ ਮੁਹੰਮਦ ਸਚਿਆਰ ਜਿਹੜੇ ਨੇ ਬਾਬਾ ਸ਼ਾਹਪੁਰਾ ਸੈਯਦ ਬੁਖਾਰੀ ਦੇ ਕੋਲ ਆਏ ਸਨ ਕਿ ਮੈਨੂੰ ਸਰਕਾਰ ਬੈਤ ਕਰ ਲਓ ਤੇ ਸਰਕਾਰ ਦੀ ਖੇਡ ਹੁੰਦੀ ਸੀ ਪੇਰੀ ਉੱਤੇ ਪੈਣਾ ਘੋੜ ਫੜਾਕੀ, ਘੋੜ ਫੜਾਕੀ ਪੈਣਾ ਤੇ ਪੀਰ ਮੁਹੰਮਦ ਸਚਿਆਰ ਆ ਗਿਆ ਬੜੇ ਮਾਣ ਨਾਲ ਬੜੇ ਫਖਰ ਨਾਲ ਵੀ ਸੈਯਦ ਵੀ ਇਹ ਮੁਹੰਮਦ ਵਾਲੇ ਮੁਹੰਮਦ ਦਾ ਸਦਕਾ ਚਲੋ ਨਮਾਜ਼ ਨੇ ਆ ਕੇ ਅਰਜ਼ ਕੀਤੀ ਤੇ ਸ਼ਾਹਪੁਰਾ ਸਰਕਾਰ ਮੈਨੂੰ ਵੀ ਮੁਰੀਦ ਕਰ ਲਓ। ਉਹਨਾਂ ਆਖਿਆ ਪੀਰ ਮੁਹੰਮਦ ਸਚਿਆਰ ਬੇਸ਼ੱਕ ਮੈਂ ਸੈਯਦ ਹਾਂ, ਸੈਯਦ ਦਾ ਬੱਚਾ, ਲੇਕਿਨ ਤੇਰਾ ਫੈਜ ਮੇਰੇ ਕੋਲ ਨਹੀਂ, ਤੇਰਾ ਫੈਜ ਮੇਰੇ ਵਾਲੇ 900 ਗੰਜ ਬਖਸ਼ ਕੋਲ। ਬਾਬਾ ਸ਼ਾਹਪੁਰਾ ਸਰਕਾਰ ਰਾਹਬਰ, ਬਾਬੇ ਹੈਦਰ ਸ਼ਾਹ ਸਰਕਾਰ ਕਿਸ ਤਰ੍ਹਾਂ ਲਈਏ ਪੀਰ ਮੁਹੰਮਦ ਸਚਿਆਰ ਕੋਲੋਂ? ਜਨਾਬ ਪੈਰੇ ਦੇ ਬੈਠੇ ਪਹਿਲਾਂ ਵੀ ਇੱਕ ਵਾਰੀ ਵੀ ਗਏ ਨੇ, ਦੂਜੀ ਵਾਰੀ ਵੀ ਗਏ ਨੇ, ਸਰਕਾਰ ਆਪਣੀ ਮੌਤ ਚ ਨੇ, ਆਪਣੇ ਯਾਰ ਨਾਲ ਆਪ ਕਲਾਮ ਰਹਿੰਦੇ ਸਨ ਹਰ ਵੇਲੇ। ਉੱਥੇ ਬਾਬੇ ਹੈਦਰ ਸ਼ਾਹ ਨੇ ਹੱਥ ਬੰਨ ਕੇ ਪਤਾ ਕੀ ਆਖਿਆ ਹੈ, ਮੈਂ ਹਾਂ ਇੱਕ ਪੁਰਾਣਾ ਪੀਰ ਮੁਹੰਮਦ ਸਚਿਆਰ, ਤੂੰ ਏ ਪਾਰਸ ਸੁੱਚਾ
ਸਰਕਾਰ ਇਹ ਭਾਈ ਸਾਰਿਆਂ ਪੀਰ ਭਾਈਆਂ ਦੀ ਗੌਰ ਵਾਲੀ ਗੱਲ ਹੈ, ਕਿਉਂਕਿ ਸਰਕਾਰ ਦਾ ਜਿਹੜਾ ਲਕਬ ਹੈ ਉਹ ਸੱਚ ਯਾਰ ਹੈ, ਸੱਚ ਯਾਰ ਹੈ। ਕਿਸ ਤਰ੍ਹਾਂ ਬਾਬਾ ਹੈਦਰ ਸ਼ਾਹ ਸਰਕਾਰ ਮਰੀ ਵਾਲੇ ਜਿਹੜੇ ਨੇ ਪੀੜ੍ਹੀ ਵਾਲੇ, ਉਹਨਾਂ ਆਖਿਆ ਮੈਂ ਹਾਂ ਇੱਕ ਪੁਰਾਣਾ ਗੁਆਰ, ਪੀਰ ਮੁਹੰਮਦ ਸੱਚ ਯਾਰ ਤੂੰ ਏ ਪਾਰਸ ਸੁੱਜਾ, ਮੈਂ ਝੂਠਾ ਤੂੰ ਸੱਚਾ ਸਾਹਿਬ, ਮੈਂ ਨੀਵਾਂ ਤੂੰ ਉੱਚਾ, ਉੱਚਿਆ ਮਾਰ ਨਿਵਿਆ ਵੱਲ ਛਾਤੀ, ਉੱਚਿਆ ਮਾਰ ਨਿਵਿਆ ਵੱਲ ਛਾਤੀ, ਅਤੇ ਕਰਮ ਕਰੀ ਸਰਕਾਰੋਂ। ਸਰਕਾਰ ਨੂੰ ਫਕੀਰੀ ਮਿਲ ਗਈ, ਸਜਦਾ ਕੀਤਾ, ਫਕੀਰੀ ਮਿਲ ਗਈ, ਧਾਬੜਾ ਲੱਗਾ, ਆ ਕੇ ਇੱਥੇ ਬਹਿ ਗਿਆ। ਬਾਬਾ ਬਜ਼ੁਰਗ ਸ਼ਾਹ ਸਰਕਾਰ ਨੂੰ ਸੈਂਸ ਕਿਸ ਤਰ੍ਹਾਂ ਮਿਲੇ? ਸਰਕਾਰਾਂ ਦੇ ਵੇਖ ਕੇ ਨਾ ਬਾਬੇ ਹੈਦਰ ਸ਼ਾਹ ਦਾ ਨੂਰ ਜਮਾਲ ਤੇ ਫਕੀਰੀ ਦਾ ਜਲਾਲ ਵੀ ਵੇਖ ਕੇ ਪਤਾ ਕੀ ਆਉਂਦੇ ਨੇ? ਹੋ ਜਾ ਹੋ ਜਾ ਹੋ ਜਾ ਹੋ ਜਾ ਜੇ ਸਜਣਾ ਤੂੰ ਪਾਕ ਹੋਣਾ। ਬਾਬਾ ਬਜ਼ੁਰਗ ਅਲੀ ਸ਼ਾਹ ਜਿਹੜੇ ਸਾਡੇ ਨੇ ਇਹ ਆਪਣੇ ਆਪ ਨੂੰ ਵਿਆਹਦੇ ਨੇ, ਹੋ ਜਾ ਜੇ ਸਜਣਾ ਤੂੰ ਪਾਕ ਹੋਣਾ, ਲੱਗ ਕੇ ਪਾਵੇ ਹੈਦਰ ਸ਼ਾਹ ਨਾਲ ਪਾਕ ਹੋ ਜਾ, ਤਖਤ ਹਜ਼ਾਰੇ ਦਾ ਰਾਜਾ ਨਵਾਬ ਬਣਿਆ, ਮੱਛੀ ਚਾਰ ਕੇ ਹੀਰ ਉਚਾਕ ਹੋ ਜਾ। ਤੇ ਬਜ਼ੁਰਗ ਸ਼ਾਹ ਇਹ ਦੁਨੀਆਦਾਰੀ ਦੇ ਫੰਦੇ ਤੋਂ ਬਚ ਚੰਨਾ। ਸਾਡੇ ਜਿਹੜੇ ਚੰਨ ਪੀਰ ਸਰਕਾਰ ਨੇ ਨਾ ਉਹ ਜਿਹੜੀ ਗੱਲ ਜਿੱਥੇ ਬਹਿ ਕੇ ਕਰ ਛੱਡਦੇ ਸਨ, ਆਖ ਛੱਡਦੇ ਸਨ, ਉਸੇ ਵੇਲੇ ਤਲੀ ਤੇ ਸਰੋਂ ਜੰਮ ਜਾਂਦਾ ਹੈ। ਇਹ ਕਮਾਲ ਕਿਹਦਾ? ਇਹ ਬਾਬੇ ਬਜ਼ੁਰਗ ਅਲੀ ਸ਼ਾਹ ਦਾ ਕਮਾਲ ਹੈ। ਕਿਉਂ? ਉਹਨਾਂ ਆਪਣੇ ਆਪ ਨੂੰ ਆਖਿਆ ਇੱਕ ਮੁਕਾਮ ਤੇ, ਦੁਨੀਆਦਾਰੀ ਦੇ ਫੰਦੇ ਤੋਂ ਬਚ ਚੰਨਾ, ਸਾਖਾਂ ਚੰਗੀਆਂ ਦਾ ਚੰਗਾ ਸਾਖ ਹੋ ਜਾ, ਤੂੰ ਕੀ ਕਰਨੀ ਹੈ ਜੰਨਤ ਸਾਖ ਵਾਲੀ। ਹੁਣ ਮੈਂ ਤੇ ਤੁਸੀਂ ਸਾਰੇ ਰਲ ਕੇ ਆਖੀਏ ਕਿਹੜੀ ਗੱਲ, ਤੂੰ ਕੀ ਕਰਨੀ ਹੈ ਜੰਨਤ ਸਾਖ ਵਾਲੀ, ਬਜ਼ੁਰਗ ਅਲੀ ਸ਼ਾਹ ਦੀ ਜੁੱਤੀ ਦੀ ਖਾਕ ਹੋ ਜਾ, ਤੇ ਫਿਰ ਹੋਵੇਗਾ ਕੀ, ਹੋਵੇਗਾ ਕੀ? ਇਹ ਸਾਹਿਬ ਜਿਹੜਾ ਸੋਹਣਾ ਨਾ ਜਿਹੜਾ ਮੁਰਸ਼ਦ, ਇਹ ਫਿਰ ਤੇਰੇ ਤੇ ਮਿਹਰਬਾਨ ਹੋ ਜਾਏਗਾ, ਕੀ ਮਿਲੇਗਾ? ਇਹ ਨਾ ਮੁਖੜਾ ਨਾ ਮੁਖੜੇ ਦਾ ਦਿਲ ਵੇਖਦਾ, ਨਾ ਮੁਖੜਾ ਨਾ ਮੁਖੜੇ ਦਾ ਦਿਲ ਵੇਖਦਾ, ਇਹ ਚੰਨ ਪੀਰ ਜੇ ਵੇਖੇ ਤੇ ਦਿਲ ਵੇਖਦਾ। ਤੇ ਆਖ ਦੇਣਾ ਚਾਹੀਦਾ ਸਾਰਿਆਂ ਪੀਰ ਭਾਈਆਂ ਨੂੰ ਕੀ, ਸੋਹਣੇ ਚੰਨ ਪੀਰ ਦੇ ਦਰ ਤੇ, 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 ਸੋਹਣੇ ਨੇ ਬੰਦ ਸਵੱਲੇ, ਸੋਹਣੇ ਚੰਨ ਪੀਰ ਦੇ ਦਰ ਤੇ, ਸੋਹਣੇ ਨੇ ਬੰਦ ਸਵੱਲੇ, ਸੋਹਣੇ ਚੰਨ ਪੀਰ ਦੇ ਦਰ ਤੇ, ਸੋਹਣੇ ਨੇ ਬੰਦ ਸਵੱਲੇ, ਸੋਹਣੇ ਚੰਨ ਪੀਰ ਦੇ ਦਰ ਤੇ, ਸੋਹਣੇ ਨੇ ਬੰਦ ਸਵੱਲੇ।
ਮੇਰੀ ਗੱਲ ਦੀ ਸਮਝ ਨਾ ਆਵੇ, ਵੇਖੋ ਦਸਤਾਰ ਕਿੱਥੋਂ ਟੁਰੀ ਹੈ। ਮੁਸ਼ਕਲ ਕੁਸ਼ਾਦ ਪਾਕ ਸੂਰ ਦੇ ਵਿਹੜਿਓ ਦਸਤਾਰ ਤੁਰ ਕੇ ਤੇ ਪਾਵੇ ਅਮਜਦ ਸ਼ਾਹ ਦੇ ਸਿਰ ਤੇ ਸਜੀ ਬਾਦਸ਼ਾਹ ਬੋਲੇ ਦੇ ਕੋਲੋਂ ਲੰਘ ਕੇ ਵੀਰ ਮੁਹੰਮਦ ਸਚਿਆਰ ਦੇ ਕੋਲੋਂ ਗੁਜ਼ਰਦੇ ਹੋਇਆ ਪਾਵੇ ਅਮਜਦ ਸ਼ਾਹ ਦੇ ਕੋਲੋਂ ਤੇ ਅੱਜ ਬਾਬਾ ਸੈਯਦ ਅਮਜਦ ਸ਼ਾਹ ਹੁਸੈਨ ਦੇ ਸਰ ਤੇ ਸਜੀ। ਇਹ ਕਿਉਂ ਸਜ ਗਈ ਹੈ, ਕਿਸ ਤਰ੍ਹਾਂ ਸਜੀ ਹੈ ਜੀ? ਇਹ ਡਿਊਟੀ ਦਾ ਸਿਰਾ ਹੈ। ਕਿਉਂ ਸੋਹਣੇ ਚੰਨ ਵੀਰ ਦੇ ਦਰ ਤੇ ਹੋਦੇ ਨੇ ਬਖਤ ਸਵੱਲੇ, ਸੋਹਣੇ ਚੰਨ ਵੀਰ ਦੇ ਦਰ ਤੇ ਹੋਦੇ ਨੇ ਬਖਤ ਸਵੱਲੇ, ਸੋਹਣੇ ਅਮਜਦ ਸ਼ਾਹ ਦੇ ਦਰ ਤੇ ਹੋਦੇ ਨੇ ਬਖਤ ਸਵੱਲੇ, ਸੋਹਣੇ ਅਮਜਦ ਸ਼ਾਹ ਕਿਉਂ ਹੋਦੇ ਨੇ ਬਖਤ ਸਵੱਲੇ, ਸੋਹਣੇ ਅਮਜਦ ਸ਼ਾਹ ਦੇ ਦਰ ਤੇ ਹੋਦੇ ਨੇ ਬਖਤ ਸਵੱਲੇ, ਸੋਹਣੇ ਅਮਜਦ ਸ਼ਾਹ ਦੇ ਦਰ ਤੇ ਹੋਦੇ ਨੇ ਬਖਤ ਸਵੱਲੇ। ਚੰਨ ਵੀਰ ਨੇ ਕਰਮ ਕਮਾਇਆ, ਚੰਨ ਵੀਰ ਨੇ ਕਰਮ ਕਮਾਇਆ, ਹੋ ਗਈਆਂ ਬੱਲੇ ਬੱਲੇ ਹੋ ਗਈਆਂ।
ਕੇ ਤੇਰੇ ਛੱਤੇ